ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਆਪਾਂ ਆਪਣੇ ਅੱਜ ਦੇ ਕਰੰਟ ਅਫੇਅਰ ਦੇ ਨਾਲ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਸਭ ਤੋਂ ਪਹਿਲੀ ਆਪਣੀ ਇੰਪੋਰਟੈਂਟ ਨਿਊਜ਼ ਆ ਗਈ ਕਿੰਬਰਲੇ ਪ੍ਰੋਸੈਸ ਦੇ ਉੱਪਰ। ਕੀ ਨਿਊਜ਼ ਹੈਗੀ? ਜਿਹੜੀ ਇਸ ਕਿੰਬਰਲੇ ਪ੍ਰੋਸੈਸ ਦੀ ਮੀਟਿੰਗ ਹੈਗੀ, ਇੰਟਰਨੈਸ਼ਨਲ ਮੀਟਿੰਗ, ਉਹ ਆਪਣੇ ਇੰਡੀਆ ਦੇ ਮੁੰਬਈ ਵਿਖੇ ਹੈਲਡ ਹੋਈ ਹੈ। ਇਸ ਤੋਂ ਇਲਾਵਾ 2018 ਦੇ ਵਿੱਚ ਆਪਣੇ ਇੰਡੀਆ ਨੂੰ ਇਸ ਜਿਹੜਾ ਕਿੰਬਰਲੇ ਪ੍ਰੋਸੈਸ ਸਰਟੀਫਿਕੇਸ਼ਨ ਸਕੀਮ ਹੈਗੀ, ਇਹਦੀ ਚੇਅਰਮੈਨਸ਼ਿਪ ਵੀ ਮਿਲੀ ਸੀਗੀ। ਹੁਣ ਕਿੰਬਰਲੇ ਪ੍ਰੋਸੈਸ ਸਮਝਣ ਤੋਂ ਪਹਿਲਾਂ ਆਪਾਂ ਇਹ ਦੇਖੀਏ ਵੀ ਹੀਰਾ ਵਿਕਦਾ ਕਿਵੇਂ। ਦੇਖੋ, ਕੋਈ ਵੀ ਡਾਇਮੰਡ ਹੈਗਾ, ਉਹਨੂੰ ਪਹਿਲਾਂ ਮਾਈਨ ਦੇ ਵਿੱਚੋਂ ਕੱਢਿਆ ਜਾਊਗਾ, ਫਿਰ ਉਹਨੂੰ ਪੋਲਿਸ਼ ਕਰਿਆ ਜਾਊਗਾ। ਠੀਕ ਹੈ, ਆਪਣੇ ਇੰਡੀਆ ਦੇ ਸੂਰਤ ਦੇ ਵਿੱਚ ਡਾਇਮੰਡ ਦੀ ਪੋਲਿਸ਼ ਹੁੰਦੀ ਹੈ, ਫਿਰ ਉਹਨੂੰ ਆਮ ਲੋਕਾਂ ਨੂੰ ਵੇਚਿਆ ਜਾਊਗਾ। ਤੇ ਆਪਾਂ ਨੂੰ ਪਤਾ ਡਾਇਮੰਡ ਹੈਗਾ ਜਿਹੜਾ ਲੱਖਾਂ ਕਰੋੜਾਂ ਅਰਬਾਂ ਰੁਪਏ ਤੱਕ ਦਾ ਵੀ ਵਿਕਦਾ। ਹੁਣ ਜਿਹੜੀ ਇਹ ਕਿੰਬਰਲੇ ਪ੍ਰੋਸੈਸ ਹੈ, ਇਹ ਕੀ ਕਰਦੀ ਹੈ? ਇਹਦਾ ਪ੍ਰੋਸੈਸ ਦਾ ਕੰਮ ਇਹ ਹੈ ਵੀ ਜਿਹੜਾ ਰਫ ਡਾਇਮੰਡ, ਹੁਣ ਜਿਹੜਾ ਤੁਹਾਨੂੰ ਮੈਂ ਪਿੱਛੇ ਵੀਡੀਓ 'ਚ ਦਿਖਾਇਆ, ਉਹ ਮਾਈਨ 'ਚ ਕੱਢਿਆ ਹੋਇਆ ਡਾਇਮੰਡ ਹੈਗਾ, ਉਹ ਰਫ ਡਾਇਮੰਡ ਹੈਗਾ। ਕਿੰਬਰਲੇ ਪ੍ਰੋਸੈਸ ਇਹ ਸੁਨਿਸ਼ਚਿਤ ਕਰਦੀ ਹੈ ਵੀ ਜਿਹੜਾ ਰਫ ਡਾਇਮੰਡ ਇੱਕ ਕੰਟਰੀ ਤੋਂ ਦੂਜੀ ਕੰਟਰੀ 'ਤੇ ਜਾਂਦਾ ਤਾਂ ਉਹ ਥਰੂ ਸਰਟੀਫਿਕੇਸ਼ਨ ਜਾਵੇ। ਠੀਕ ਹੈ, ਪ੍ਰੋਪਰ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ ਡਾਇਮੰਡ ਦੇ ਟ੍ਰੇਡ ਦੀ। ਠੀਕ ਹੈ, ਇਹ ਸਾਰਾ ਕਿੰਬਰਲੇ ਪ੍ਰੋਸੈਸ ਬਾਰੇ ਹੈ। ਹੁਣ ਜੇ ਆਪਾਂ ਕਨਫਲਿਕਟ ਡਾਇਮੰਡ ਦੀ ਗੱਲ ਕਰੀਏ, ਠੀਕ ਹੈ, ਇਹ ਜਿਹੜੀ ਕਿੰਬਰਲੇ ਪ੍ਰੋਸੈਸ ਹੈਗੀ, ਇਹ ਕਨਫਲਿਕਟ ਡਾਇਮੰਡ ਨਾਲ ਵੀ ਡੀਲ ਕਰਦੀ ਹੈ। ਠੀਕ ਹੈ, ਤੁਹਾਨੂੰ ਮੈਂ ਇਹ ਐਗਜ਼ਾਮਪਲ ਸਮਝਾਉਣਾ ਵੀ ਕਨਫਲਿਕਟ ਡਾਇਮੰਡ ਕੀ ਹੁੰਦੇ ਨੇ। ਦੇਖੋ, ਅਫਰੀਕਾ ਦੀ ਕੋਈ ਵੀ ਕੰਟਰੀ ਅਸਿਊਮ ਕਰ ਲਓ ਤੁਸੀਂ। ਠੀਕ ਹੈ, ਕਿੰਬਰਲੇ ਫੋਰ ਐਗਜ਼ਾਮਪਲ, ਕਿੰਬਰਲੇ ਅਫਰੀਕਾ ਦਾ ਇੱਕ ਸ਼ਹਿਰ ਹੈ। ਠੀਕ ਹੈ, ਸਾਊਥ ਅਫਰੀਕਾ ਦੇ ਵਿੱਚ ਸ਼ਹਿਰ ਹੈ, ਬਹੁਤ ਹੀ ਵੱਡੀ ਮਤਲਬ ਡਾਇਮੰਡ ਦੀ ਮਾਈਨ ਹੈਗੀ ਕਿੰਬਰਲੇ। ਠੀਕ ਹੈ, ਆਪਾਂ ਸਾਊਥ ਅਫਰੀਕਾ ਹੀ ਮੰਨ ਲੈਂਦੇ। ਠੀਕ ਹੈ, ਹੁਣ ਸਾਊਥ ਅਫਰੀਕਾ ਦੇ ਵਿੱਚੋਂ ਤੁਸੀਂ ਐਂ ਅਸਿਊਮ ਕਰੋ ਵੀ ਡੈਮੋਕ੍ਰੈਟਿਕ ਤਰੀਕੇ ਨਾਲ ਸਰਕਾਰ ਚੁਣਗੀ। ਠੀਕ ਹੈ, ਸਾਊਥ ਅਫਰੀਕਾ ਦੇ ਵਿੱਚ, ਬਟ ਸਾਊਥ ਅਫਰੀਕਾ ਦੇ ਵਿੱਚ ਇੱਕ ਚੀਜ਼ ਹੈਗੀ, ਮਤਲਬ ਅਫਰੀਕਾ ਦੇ ਜਿਹੜੇ ਨੇਸ਼ਨ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਜਦੋਂ ਵੀ ਕੋਈ ਸਰਕਾਰ ਨਵੀਂ ਚੁਣਦੀ ਹੈ ਉਹਨੂੰ ਗਿਰਾਉਣ ਦੇ ਲਈ ਜਿਹੜੇ ਰੈਬਲ ਗਰੁੱਪ ਹੁੰਦੇ ਨੇ ਉਹ ਹਮੇਸ਼ਾ ਤਿਆਰ ਰਹਿੰਦੇ ਨੇ। ਠੀਕ ਹੈ, ਤੇ ਹੁਣ ਜਿਹੜੇ ਰੈਬਲ ਗਰੁੱਪ ਨੇਗੇ, ਮਤਲਬ ਠੀਕ ਹੈ, ਉਹਨਾਂ ਨੂੰ ਮਤਲਬ ਸਰਕਾਰ ਗਿਰਾਉਣ ਦੇ ਲਈ ਕੀ ਚਾਹੀਦਾ? ਪੈਸਾ ਚਾਹੀਦਾ, ਹਥਿਆਰ ਚਾਹੀਦਾ। ਠੀਕ ਹੈ, ਉਹ ਪੈਸਾ ਤੇ ਹਥਿਆਰ ਉਹ ਕਿਵੇਂ ਖਰੀਦਦੇ ਨੇ? ਉਹ ਖਰੀਦਦੇ ਨੇ ਜੀ ਇਹ ਡਾਇਮੰਡਸ ਤੋਂ। ਠੀਕ ਹੈ, ਜਿਹੜੇ ਇਹ ਮਾਈਨਾਂ ਦੇ ਵਿੱਚੋਂ ਡਾਇਮੰਡ ਕੱਢਦੇ ਨੇ, ਰਫ ਡਾਇਮੰਡ ਕਹਿੰਦੇ ਜਿਹਨੂੰ ਆਪਾਂ, ਇਹਨਾਂ ਨੂੰ ਉਹ ਵੇਚਦੇ ਨੇ ਮਤਲਬ ਵੱਡੀਆਂ ਕੰਟਰੀਜ਼ ਨੂੰ ਜਿਨ੍ਹਾਂ ਤੋਂ ਹਥਿਆਰ ਤੇ ਪੈਸਾ ਖਰੀਦਦੇ ਨੇ। ਸੋ ਇਹਨਾਂ ਨੂੰ ਮਤਲਬ ਕਨਫਲਿਕਟ ਡਾਇਮੰਡ ਕਹਿੰਦੇ ਨੇ। ਤੇ ਜਿਹੜੀ ਕਿੰਬਰਲੇ ਪ੍ਰੋਸੈਸ ਹੈ, ਇਹ ਸੁਨਿਸ਼ਚਿਤ ਕਰਦੀ ਹੈ ਵੀ ਅਸੀਂ ਜਿਹੜਾ ਰਫ ਡਾਇਮੰਡ ਦਾ ਟ੍ਰੇਡ ਹੈਗਾ ਉਹ ਇੱਕ ਕੰਟਰੀ ਤੋਂ ਦੂਜੀ ਕੰਟਰੀ ਥਰੂ ਸਰਟੀਫਿਕੇਸ਼ਨ ਕਰੀਏ, ਤੇ ਜਿਹੜੇ ਇਹ ਕਨਫਲਿਕਟ ਡਾਇਮੰਡਸ ਨੇਗੇ ਇਹਨਾਂ ਦਾ ਟ੍ਰੇਡ ਰੋਕੀਏ, ਬੰਦ ਕਰੀਏ। ਠੀਕ ਹੈ, ਇਹ ਸੀਗਾ ਸਾਰਾ ਕਿੰਬਰਲੇ ਪ੍ਰੋਸੈਸ ਦੇ ਬਾਰੇ। ਤੇ ਜੇ ਆਪਾਂ ਗੱਲ ਕਰੀਏ, ਜਿਹੜੀ ਕਿੰਬਰਲੇ ਪ੍ਰੋਸੈਸ ਹੈ, ਇਹ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤਾਂ ਹੈਗੀ ਹੈ, ਬਟ ਇਹਦਾ ਕੋਈ ਪਰਮਾਨੈਂਟ ਆਫਿਸ ਨਹੀਂ ਹੈਗਾ ਤੇ ਨਾ ਕੋਈ ਇਹਦਾ ਪਰਮਾਨੈਂਟ ਸਟਾਫ ਆ। ਠੀਕ ਹੈ, ਇੰਡੀਆ ਦਾ ਮੈਂਬਰ ਹੈਗਾ, ਜਿਵੇਂ 55 ਪਾਰਟਿਸਪੈਂਟਸ ਨੇਗੇ ਫਰੋਮ 82 ਕੰਟਰੀਜ਼। ਠੀਕ ਹੈ, ਯੂਰੋਪੀਅਨ ਯੂਨੀਅਨ ਵੀ ਇਸ ਮਤਲਬ ਜਿਹੜੀ ਕਿੰਬਰਲੇ ਪ੍ਰੋਸੈਸ ਹੈਗੀ, ਇਹਦੀ ਸਰਟੀਫਿਕੇਸ਼ਨ ਸਕੀਮ ਹੈ, ਇਹਦੇ ਵਿੱਚ ਰੀਪ੍ਰੈਜੈਂਟ ਕਰਦੀ ਹੈਗੀ। ਠੀਕ ਹੈ, ਇਹ ਸੀਗਾ ਸਾਰਾ ਕਿੰਬਰਲੇ ਪ੍ਰੋਸੈਸ ਬਾਰੇ। ਅਗਲੀ ਨਿਊਜ਼ ਦੇ ਉੱਪਰ ਚੱਲਦੇ ਆਪਾਂ। ਸਾਹਿਤ ਅਕੈਡਮੀ ਹੈਗੀ ਜਿਹੜੀ, ਉਹਨੇ ਮਤਲਬ ਦੋ ਜਿਹੜੇ ਅਵਾਰਡ ਨੇਗੇ, ਉਹਨਾਂ ਦਾ ਨਾਮ ਹੈਗਾ ਬਾਲ ਸਾਹਿਤ ਪੁਰਸਕਾਰ ਤੇ ਯੁਵਾ ਪੁਰਸਕਾਰ, ਇਹਨਾਂ ਦੇ ਵਿਨਰਸ ਅਨਾਊਂਸ ਕਰੇ ਨੇ। ਠੀਕ ਹੈ, ਵਿਨਰ ਦੀ ਗਿਣਤੀ ਕਾਫੀ ਜ਼ਿਆਦਾ, ਸੋ ਇਹ ਕਦੇ ਨਹੀਂ ਪੇਪਰ 'ਚ ਤੁਹਾਡੇ ਤੋਂ ਪੁੱਛੇ ਜਾਣੇ। ਜੇ ਪੁੱਛਿਆ ਜਾਊਗਾ ਤਾਂ ਇਹਨਾਂ ਦੋ ਅਵਾਰਡਸ ਬਾਰੇ ਪੁੱਛਿਆ ਜਾਊਗਾ ਵੀ ਇਹ ਅਵਾਰਡਸ ਕੀ ਹੁੰਦੇ ਨੇ। ਠੀਕ ਹੈ, ਪਹਿਲਾਂ ਜੇ ਆਪਾਂ ਗੱਲ ਕਰੀਏ ਬਾਲ ਸਾਹਿਤ ਪੁਰਸਕਾਰ ਦੀ ਬਾਰੇ, ਠੀਕ ਹੈ, ਇਹ ਅਵਾਰਡ ਹੈਗਾ ਜਿਹੜਾ ਇਹ ਉਹ ਬੁੱਕਸ ਨੂੰ ਦਿੱਤਾ ਜਾਂਦਾ ਜਿਹੜੀਆਂ ਪਿਛਲੇ ਮਤਲਬ ਅਵਾਰਡ ਮਿਲਣ ਤੋਂ ਪਹਿਲਾਂ ਪਿਛਲੇ 5 ਸਾਲ ਦੇ ਵਿੱਚ ਪਬਲਿਸ਼ ਹੋ ਜਾਣ। ਠੀਕ ਹੈ, ਮਤਲਬ 5 ਸਾਲ ਬੁੱਕਸ ਇਹ ਪੁਰਾਣੀ ਹੋਣੀ ਚਾਹੀਦੀ ਨੇ, ਉਹਨਾਂ ਨੂੰ ਇਹ ਬਾਲ ਸਾਹਿਤ ਪੁਰਸਕਾਰ ਮਿਲਦਾ। ਠੀਕ ਹੈ, ਤੇ ਜੇ ਆਪਾਂ ਦੂਜੇ ਅਵਾਰਡ ਦੀ ਗੱਲ ਕਰੀਏ ਯੁਵਾ ਪੁਰਸਕਾਰ, ਇਹ ਉਹ ਔਰਥਰ ਨੂੰ ਦਿੱਤਾ ਜਾਂਦਾ, ਠੀਕ ਹੈ, ਜਿਹਦੀ ਏਜ 35 ਸਾਲ ਤੋਂ 35 ਸਾਲ ਜਾਂ ਉਸ ਤੋਂ ਘੱਟ ਹੋਵੇ। ਠੀਕ ਹੈ, ਮਤਲਬ ਜਿਹੜੇ ਸਾਲ ਅਵਾਰਡ ਮਿਲਣਾ ਹੋਵੇ ਉਹ ਸਾਲ ਦੇ ਹਿਸਾਬ ਨਾਲ ਇਹਦੀ ਏਜ 35 ਸਾਲ ਜਾਂ ਉਹ ਤੋਂ ਘੱਟ ਹੋਣੀ ਚਾਹੀਦੀ ਹੈ। ਠੀਕ ਹੈ, ਤੇ ਉਹਨੇ ਕੋਈ ਵਧੀਆ ਕਿਤਾਬ ਲਿਖੀ ਹੋਵੇ ਬੱਚੇ ਨੇ, ਮਤਲਬ ਉਸ ਪਰਸਨ ਨੇ, ਤਾਂ ਉਹਨੂੰ ਇਹ ਅਵਾਰਡ ਦਿੱਤਾ ਜਾਊਗਾ। ਠੀਕ ਹੈ, ਅਗਲੀ ਨਿਊਜ਼ ਦੇ ਉੱਪਰ ਚੱਲਦੇ, ਇੱਕ ਹੋਰ ਅਵਾਰਡ ਹੈ ਜੀ BBC ਵਰਲਡ ਸਰਵਿਸ ਗਲੋਬਲ ਅਵਾਰਡ। ਇਹ ਅਵਾਰਡ ਆਪਣੇ ਇੰਡੀਆ ਦੀ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ NGO ਹੈਗੀ, ਉਹਦਾ ਨਾਮ ਹੈਗਾ ਅਕਸ਼ੇ ਪਾਤਰਾ ਫਾਊਂਡੇਸ਼ਨ, ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ। ਠੀਕ ਹੈ, ਜਿਹੜੀ ਇਹ ਅਕਸ਼ੇ ਪਾਤਰਾ ਫਾਊਂਡੇਸ਼ਨ ਹੈਗੀ, ਇਹ ਬੈਂਗਲੁਰੂ ਦੇ ਬੇਸਡ ਇੱਕ NGO ਹੈ। ਠੀਕ ਹੈ, ਇਹ ਕੰਮ ਕੀ ਕਰਦੀ ਹੈ? ਇਹ ਇੰਡੀਆ ਦੀ ਮਤਲਬ ਵਰਲਡ ਦੀ ਸਭ ਤੋਂ ਲਾਰਜੈਸਟ ਮਿਡ ਡੇ ਮੀਲ ਪ੍ਰੋਗਰਾਮ ਹੈ। ਠੀਕ ਹੈ, ਜਿਹੜੇ ਬੱਚੇ ਨੇ ਉਹਨਾਂ ਨੂੰ ਕਿਤਾਬਾਂ, ਠੀਕ ਹੈ, ਉਸ ਤੋਂ ਇਲਾਵਾ ਫ੍ਰੀ ਦੇ ਵਿੱਚ ਭੋਜਨ, ਠੀਕ ਹੈ, ਫੂਡ ਪ੍ਰੋਵਾਈਡ ਕਰਦੇ ਨੇ। ਠੀਕ ਹੈ, ਇੰਡੀਆ ਦੇ ਵਿੱਚ ਇਹ ਘੱਟੋ ਘੱਟ ਮਤਲਬ 12 ਸਟੇਟਾਂ ਦੇ ਵਿੱਚ ਇਹਨਾਂ ਦਾ ਮਤਲਬ ਇਹ ਆਪਣਾ ਫੂਡ ਪ੍ਰੋਵਾਈਡ ਕਰਦੇ ਨੇ ਥਰੂ ਮਿਡ ਡੇ ਮੀਲ ਪ੍ਰੋਗਰਾਮ ਇਹਨਾਂ ਦਾ। ਠੀਕ ਹੈ, ਅਕਸ਼ੇ ਪਾਤਰਾ ਜਿਹੜੀ ਫਾਊਂਡੇਸ਼ਨ ਹੈਗੀ ਬਹੁਤ ਹੀ ਵਧੀਆ ਹੋ ਹੈਗੀ। ਤੁਸੀਂ ਮੈਨੂੰ ਦੱਸ ਸਕਦੇ ਹੋ, ਇੱਕ ਮੈਂ ਤੁਹਾਡੇ ਤੋਂ ਡਿਫਿਕਲਟ ਕੁਐਸਚਨ ਪੁੱਛਦਾ, ਪਿਛਲੇ ਸਾਲ 2018 ਦੇ ਵਿੱਚ ਇਹਨਾਂ ਨੂੰ ਇੱਕ ਹੋਰ ਅਵਾਰਡ ਮਿਲਿਆ ਸੀਗਾ, ਜਿਹੜੀ ਇਹ ਅਕਸ਼ੇ ਪਾਤਰਾ ਫਾਊਂਡੇਸ਼ਨ ਹੈਗੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਵਾਰਡ ਸੀਗਾ। ਜੇ ਤੁਸੀਂ ਦੱਸ ਸਕਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਕਰੋ। ਅਗਲੀ ਨਿਊਜ਼ ਆ ਗਈ ਕਾਰਗਿਲ ਵਿਜੈ ਦਿਵਸ ਦੇ। ਠੀਕ ਹੈ, ਇਹ ਸਾਲ ਮਤਲਬ ਇਹ ਜਿਹੜਾ ਕਾਰਗਿਲ ਵਿਜੈ ਦਿਵਸ ਹੈ ਇਹ 26 ਜੁਲਾਈ ਨੂੰ ਮਨਾਇਆ ਜਾਊਗਾ।
ਥੀਮ ਕੀ ਰੱਖਿਆ ਇਹਨਾਂ ਨੇ ਸਰਕਾਰ ਨੇ ਰਿਮੈਂਬਰ ਰੀਜੋਇਸ ਤੇ ਰੀਨਿਊ ਠੀਕ ਹੈ ਤਿੰਨ ਦਿਨਾਂ ਦੇ ਲਈ ਮਤਲਬ ਇਹ ਡੇ ਦਾ ਸੈਲੀਬ੍ਰੇਸ਼ਨ ਚੱਲੂਗੀ 25 ਤੋਂ 27 ਜੁਲਾਈ 2019 ਠੀਕ ਹੈ ਕਾਰਗਿਲ ਵਾਰ ਦੀ ਆਪਾਂ ਗੱਲ ਕਰੀਏ ਜੇ ਆਪਾਂ 1999 ਦੇ ਵਿੱਚ ਇਹ ਲੜੀ ਗਈ ਸੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਦੀ ਵੱਡੀ ਮਤਲਬ ਜਿੱਤ ਹੋਈ ਸੀ ਇਸ ਲੜਾਈ ਦੇ ਵਿੱਚ ਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਕੈਪਟਨ ਵਿਕਰਮ ਬੱਤਰਾ ਸੀਗਾ ਤੁਸੀਂ ਉਹਨਾਂ ਨੇ ਸਾਰਿਆਂ ਨੇ ਉਹਨਾਂ ਦਾ ਨਾਮ ਸੁਣਿਆ ਹੋਗਾ ਉਹਨਾਂ ਨੂੰ ਮਤਲਬ ਇਸ ਵਾਰ ਤੋਂ ਬਾਅਦ ਉਹ ਸ਼ਹੀਦ ਹੋਏ ਸੀਗੇ ਇਸ ਵਾਰ ਦੇ ਵਿੱਚ ਤੇ ਉਹਨਾਂ ਨੂੰ ਮਤਲਬ ਪਰਮਵੀਰ ਚੱਕਰ ਹੈਗਾ ਜਿਹੜਾ ਆਪਣਾ ਹਾਈਐਸਟ ਮਤਲਬ ਵਾਰ ਟਾਈਮ ਮਤਲਬ ਓਨਰ ਹੈਗਾ ਉਹ ਉਹਦੇ ਨਾਲ ਉਹਨਾਂ ਨੂੰ ਮਤਲਬ ਨਵਾਜਿਆ ਗਿਆ ਸੀਗਾ ਕੈਪਟਨ ਵਿਕਰਮ ਬੱਤਰਾ ਨੂੰ ਠੀਕ ਹੈ ਪਰਮਵੀਰ ਚੱਕਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਠੀਕ ਹੈ ਤੇ 1999 ਤੋਂ ਲੈ ਕੇ ਹੁਣ ਤੱਕ 2019 ਤੱਕ ਕੋਈ ਵੀ ਪਰਮਵੀਰ ਚੱਕਰ ਕੈਪਟਨ ਵਿਕਰਮ ਬੱਤਰਾ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਮਿਲਿਆ ਠੀਕ ਹੈ ਇਹ ਇੰਪੋਰਟੈਂਟ ਗੱਲ ਸੀਗੀ ਅਗਲੀ ਨਿਊਜ਼ ਦੇ ਉੱਪਰ ਚੱਲਦੇ ਆ ਅੱਗੇ ਇੱਕ ਸਪੋਰਟਸ ਦੀ ਨਿਊਜ਼ ਹੈਗੀ ਕੀ ਹੈ ਪੈਸੀਫਿਕ ਇੰਟਰਨੈਸ਼ਨਲ ਬਿਲੀਅਰਡਸ ਚੈਂਪੀਅਨਸ਼ਿਪ ਠੀਕ ਹੈ ਇਹ ਇੱਕ ਬਿਲੀਅਰਡਸ ਦੀ ਚੈਂਪੀਅਨਸ਼ਿਪ ਹੈਗੀ ਟੂਰਨਾਮੈਂਟ ਹੈਗਾ ਇਹ ਮਤਲਬ ਜਿਹੜਾ ਇਹ ਚੈਂਪੀਅਨਸ਼ਿਪ ਕਿਹਨੇ ਜਿੱਤੀ ਹੈ ਇੱਕ ਸਿੰਗਾਪੁਰ ਦੇ ਪਲੇਅਰ ਨੇਗੇ ਉਹਨਾਂ ਦਾ ਨਾਮ ਹੈਗਾ ਪੀਟਰ ਗਿਲਕ੍ਰਿਸਟ ਠੀਕ ਹੈ ਇੰਪੋਰਟੈਂਟ ਕਿਉਂ ਹੈ ਕਿਉਂਕਿ ਇਹਨਾਂ ਨੇ ਜਿਹੜੇ ਆਪਣੇ ਇੰਡੀਆ ਦੇ ਪਲੇਅਰ ਨੇਗੇ ਸੌਰਵ ਕੋਠਾਰੀ ਉਹਨਾਂ ਨੂੰ ਮਤਲਬ ਇਹਨਾਂ ਨੇ ਹਰਾਇਆ ਠੀਕ ਹੈ ਇਹ ਟੂਰਨਾਮੈਂਟ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਹੈਲਡ ਹੋਇਆ ਸੀਗਾ ਉਸ ਤੋਂ ਇਲਾਵਾ ਅਗਲੀ ਨਿਊਜ਼ ਆ ਗਈ ਮਤਲਬ ਪਹਿਲਾ ਵਿਲੇਜ ਇੰਡੀਆ ਦਾ ਜਿਹੜਾ ਸੋਲਰ ਪਾਵਰ 100% ਸੋਲਰ ਪਾਵਰ ਜਿਹਦੇ ਵਿੱਚ ਸੋਲਰ ਪਾਵਰ ਹਾਊਸਿਸ ਨੇ ਉਹ ਕਿਹੜਾ ਉਹ ਹੈਗਾ ਜੀ ਅਮਾਸੀ ਬੇਲੂ ਇਹ ਕਰਨਾਟਕਾ ਦੇ ਉਡੂਪੀ ਡਿਸਟ੍ਰਿਕਟ ਦੇ ਵਿੱਚ ਇਹ ਪਿੰਡ ਇਹ ਵਿਲੇਜ ਪੈਂਦਾ ਠੀਕ ਹੈ ਤੁਹਾਡੇ ਲਈ ਇਹ ਤਾਂ ਦੂਜਾ ਕੁਐਸਚਨ ਪਿਛਲੇ ਸਾਲ ਆਪਣੇ ਇੰਡੀਆ ਦਾ ਇੱਕ ਡਿਸਟ੍ਰਿਕਟ ਸੀਗਾ ਡਿਸਟ੍ਰਿਕਟ ਉਹ 100 ਪਾਵਰ ਮਤਲਬ ਸੋਲਰ ਪਾਵਰ ਡਿਕਲੇਅਰ ਕਰਤਾ ਸੀਗਾ ਉਹ ਡਿਸਟ੍ਰਿਕਟ ਦਾ ਨਾਮ ਤੁਸੀਂ ਦੱਸੋ ਵੀ ਉਹ ਕਿਹੜਾ ਡਿਸਟ੍ਰਿਕਟ ਸੀਗਾ ਮੈਂ ਤੁਹਾਨੂੰ ਮਤਲਬ ਥੋੜਾ ਜਿਹਾ ਤੁਹਾਡੇ ਲਈ ਆਸਾਨ ਕਰਦਾ ਨਾ ਗੁਜਰਾਤ ਦੇ ਵਿੱਚ ਹੈ ਉਹ ਡਿਸਟ੍ਰਿਕਟ ਅਗਲੇ ਅੱਗੇ ਆ ਗਏ ਨਿਊਜ਼ ਆਪਣੀ ਫੀਫਾ ਰੈਂਕਿੰਗ ਠੀਕ ਹੈ ਫੀਫਾ ਜਿਹੜੀ ਆਪਣੀ ਆਰਗੇਨਾਈਜੇਸ਼ਨ ਹੈਗੀ ਜਿਹਦਾ ਹੈੱਡਕੁਆਰਟਰ ਜ਼ੂਰਿਖ ਦੇ ਵਿੱਚ ਹੈ ਉਹਨਾਂ ਨੇ ਆਪਣੀ ਰੈਂਕਿੰਗਸ ਰਿਲੀਜ਼ ਕਰਤੀ ਹੈ ਵੱਖ ਵੱਖ ਕੰਟਰੀ ਨੂੰ ਰੈਂਕ ਕਰਿਆ ਠੀਕ ਹੈ ਫੁੱਟਬਾਲ ਦੀ ਰੈਂਕਿੰਗਸ ਨੇ ਇਹ ਤੇ ਇਹਨਾਂ ਦੇ ਹਿਸਾਬ ਨਾਲ ਪਹਿਲੀ ਕੰਟਰੀ ਟੌਪ ਜਿਹੜੀ ਫੁੱਟਬਾਲ ਦੇ ਵਿੱਚ ਉਹ ਕਿਹੜੀ ਹੈ ਜੀ ਬੈਲਜੀਅਮ ਠੀਕ ਹੈ ਬੈਲਜੀਅਮ ਦੀ ਕੈਪੀਟਲ ਹੈਗੀ ਬਰੂਸਲਸ ਠੀਕ ਹੈ ਬਰੂਸਲ ਦੇ ਵਿੱਚ ਆਪਣਾ ਉਹਦਾ ਹੈੱਡਕੁਆਰਟਰ ਹੈ ਨਾਟੋ ਦਾ ਤੇ ਉਸ ਤੋਂ ਇਲਾਵਾ ਸੈਕਿੰਡ ਰੈਂਕ ਹੈਗਾ ਫਰਾਂਸ ਦਾ ਤੇ ਥਰਡ ਰੈਂਕ ਮਤਲਬ ਥਰਡ ਕਹੇਗਾ ਮੈਂ ਆਪਣੇ ਇੰਡੀਆ ਦਾ ਇਸ ਰੈਂਕਿੰਗ ਦੇ ਵਿੱਚ ਹੈਗਾ 101ਵਾਂ ਰੈਂਕ 101 ਅਗਲੀ ਨਿਊਜ਼ ਆ ਗਈ ਜੀ ਵਰਲਡ ਹਾਈਐਸਟ ਵੈਦਰ ਸਟੇਸ਼ਨ ਠੀਕ ਹੈ ਕਿੱਥੇ ਸਟੈਬਲਿਸ਼ ਕਰਿਆ ਗਿਆ ਕਿੱਥੇ ਸੈਟਅਪ ਕਰਿਆ ਗਿਆ ਇਹ ਕਰਿਆ ਗਿਆ ਜੀ ਮਾਊਂਟ ਐਵਰੈਸਟ ਦੇ ਉੱਪਰ ਕਿਹਨੇ ਸੈਟਅਪ ਕਰਿਆ ਇਹ USA ਦੀ ਇੱਕ ਨੈਸ਼ਨਲ ਜੀਓਗ੍ਰਾਫੀਕਲ ਸੋਸਾਇਟੀ ਹੈ ਉਹਨਾਂ ਨੇ ਮਤਲਬ ਇਹ ਹਾਈਐਸਟ ਜਿਹੜਾ ਵੈਦਰ ਸਟੇਸ਼ਨ ਹੈਗਾ ਮਾਊਂਟ ਐਵਰੈਸਟ ਦੇ ਉੱਪਰ ਇਹਨਾਂ ਨੇ ਸੈਟਅਪ ਕਰਿਆ ਅੱਗੇ ਚੱਲਦੇ ਆਪਾਂ ਅੱਗੇ ਲਾਸਟ ਇੱਕ ਕੁਐਸਚਨ ਹੈਗਾ ਆਪਾਂ ਇਹ ਸੋਲਵ ਕਰਦੇ ਹਾਂ ਪੋਲਿਟੀ ਦਾ ਕੁਐਸਚਨ ਹੈ ਵੈਸੇ ਆਪਣੇ ਪੰਜਾਬ ਨਾਲ ਇਹ ਕਰੰਟ ਨਿਊਜ਼ 'ਚ ਆ ਗਿਆ ਇਹ ਕਹਿੰਦਾ ਜੀ ਇੰਟਰ ਸਟੇਟ ਵਾਟਰ ਡਿਸਪਿਊਟ ਟ੍ਰਿਬਿਊਨਲਸ ਨੇਗੇ ਜਿਹੜੀਆਂ ਉਹਨਾਂ ਦੇ ਰਿਗਾਰਡਿੰਗ ਦੋ ਸਟੇਟਮੈਂਟ ਦਿੱਤੀ ਇਹਨੇ ਤੁਹਾਨੂੰ ਆਪਾਂ ਨੇ ਦੇਖਣਾ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਠੀਕ ਹੈ ਪਹਿਲੀ ਸਟੇਟਮੈਂਟ ਕੀ ਹੈ ਇਹ ਕਹਿੰਦੇ ਪਾਰਲੀਮੈਂਟ ਕੈਨ ਸੈਟ ਅਪ ਐਡਹੌਕ ਟ੍ਰਿਬਿਊਨਲ ਟੂ ਰਿਜ਼ੋਲਵ ਡਿਸਪਿਊਟ ਬਿਟਵੀਨ ਟੂ ਔਰ ਮੋਰ ਸਟੇਟਸ ਇਨ ਰਿਲੇਸ਼ਨ ਟੂ ਵਾਟਰ ਆਫ ਇੰਟਰ ਸਟੇਟ ਰਿਵਰ ਠੀਕ ਹੈ ਇਹ ਸਟੇਟਮੈਂਟ ਬਿਲਕੁਲ ਠੀਕ ਹੈ ਜੇ ਫਰਜ਼ ਕਰੋ ਕਿਸੇ ਸਟੇਟ ਦੇ ਵਿੱਚ ਕਿਸੇ ਦੋ ਸਟੇਟਾਂ ਦੇ ਵਿੱਚ ਪਾਣੀ ਨੂੰ ਲੈ ਕੇ ਰੌਲਾ ਪੈ ਜੇ ਤਾਂ ਉਦੋਂ ਪਾਰਲੀਮੈਂਟ ਇੱਕ ਟ੍ਰਿਬਿਊਨਲ ਬਣਾ ਦਿੰਦੀ ਹੈ ਠੀਕ ਹੈ ਉਹ ਰੌਲਾ ਨੂੰ ਉਹ ਡਿਸਪਿਊਟ ਨੂੰ ਹੈਂਡਲ ਕਰਨ ਦੇ ਲਈ ਫੋਰ ਐਗਜ਼ਾਮਪਲ ਮੈਂ ਜੇ ਤੁਹਾਨੂੰ ਦੱਸਾਂ ਪਿਛਲੇ ਸਾਲ ਪਾਰਲੀਮੈਂਟ ਨੇ ਦੋ ਤਿੰਨ ਟ੍ਰਿਬਿਊਨਲ ਬਣਾਈਆਂ ਸੀਗਾ ਇੱਕ ਤਾਂ ਉੜੀਸਾ ਦੀ ਮਹਾਨਦੀ ਜਿਹੜੀ ਰਿਵਰ ਸੀਗੀ ਉਹਦਾ ਰੌਲਾ ਚੱਲਦਾ ਸੀਗਾ ਤੇ ਇੱਕ ਕਰਨਾਟਕਾ ਦੀ ਇੱਕ ਰਿਵਰ ਸੀਗੀ ਠੀਕ ਹੈ ਉਹਦਾ ਉਹਨੂੰ ਲੈ ਕੇ ਵੀ ਡਿਸਪਿਊਟ ਕਾਵੇਰੀ ਰਿਵਰ ਨੂੰ ਲੈ ਕੇ ਵੀ ਡਿਸਪਿਊਟ ਚੱਲਦਾ ਸੀਗਾ ਦੋ ਸਟੇਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਪਾਰਲੀਮੈਂਟ ਨੇ ਟ੍ਰਿਬਿਊਨਲ ਬਣਾਈ ਸੀਗਾ ਮਤਲਬ ਇਹ ਪਾਵਰ ਪਾਰਲੀਮੈਂਟ ਕੋਲ ਹੁੰਦੀ ਹੈ ਐਡਹੌਕ ਵਾਟਰ ਟ੍ਰਿਬਿਊਨਲ ਬਣਾਉਣ ਦੀ ਠੀਕ ਹੈ ਦੂਜੀ ਸਟੇਟਮੈਂਟ ਕੀ ਕਹਿੰਦੀ ਹੈ ਇਹ ਕਹਿੰਦੇ ਪਾਰਲੀਮੈਂਟ ਹੈਜ਼ ਐਮਪਾਵਰਡ ਦੈਟ ਡਿਸੀਜਨ ਆਫ ਟ੍ਰਿਬਿਊਨਲ ਕੈਨਟ ਬੀ ਚੈਲੰਜ ਇਨ ਐਨੀ ਕੋਰਟ ਠੀਕ ਹੈ ਇਹ ਚੀਜ਼ ਪਾਰਲੀਮੈਂਟ ਜਿਹੜਾ ਆਪਣਾ ਐਕਟ ਬਣਾਇਆ ਸੀਗਾ ਵਾਟਰ ਡਿਸਪਿਊਟ ਐਕਟ 1956 ਉਹਦੇ ਵਿੱਚ ਲਿਖੀ ਹੋਈ ਹੈ ਵੀ ਜਿਹੜਾ ਮਤਲਬ ਵਾਟਰ ਡਿਸਪਿਊਟ ਹੋਊਗਾ ਠੀਕ ਹੈ ਜਿਹੜਾ ਡਿਸੀਜਨ ਟ੍ਰਿਬਿਊਨਲ ਦਾ ਹੋਊਗਾ ਉਹ ਫਾਈਨਲ ਹੋਊਗਾ ਉਹਨੂੰ ਕਿਸੇ ਵੀ ਕੋਰਟ 'ਚ ਚੈਲੰਜ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਸੁਪਰੀਮ ਕੋਰਟ ਕਿਉਂ ਨਾ ਹੋਵੇ ਠੀਕ ਹੈ ਇਹ ਆਪਸ਼ਨ ਵੀ ਇਹਨਾਂ ਦੀ ਬਿਲਕੁਲ ਠੀਕ ਹੈਗੀ ਜਿਹੜਾ ਵਾਟਰ ਇੰਟਰਸਟੇਟ ਵਾਟਰ ਡਿਸਪਿਊਟ ਹੁੰਦਾ ਉਹਦੇ ਵਿੱਚ ਜਿਹੜਾ ਵੀ ਟ੍ਰਿਬਿਊਨਲ ਹੁੰਦੀ ਹੈਗੀ ਉਹਦਾ ਜਿਹੜਾ ਫੈਸਲਾ ਹੁੰਦਾ ਉਹ ਫਾਈਨਲ ਹੁੰਦਾ ਉਹਦੇ ਵਿੱਚ ਮਤਲਬ ਕੋਈ ਵੀ ਕੋਰਟ ਇੰਟਰਫੇਅਰ ਨਹੀਂ ਕਰ ਸਕਦੀ ਇਹ ਸਟੇਟਮੈਂਟ ਕਾਫੀ ਜਣੇ ਗਲਤ ਕਰੇ ਹੋਣਗੇ ਪਰ ਇਹ ਸਟੇਟਮੈਂਟ ਠੀਕ ਹੈਗੀ ਇਹਦਾ ਆਨਸਰ ਆ ਗਿਆ ਜੀ ਸੀ ਦੋਵੇਂ ਸਟੇਟਮੈਂਟ ਠੀਕ ਨੇ ਠੀਕ ਹੈ ਆਪਣੇ ਪੰਜਾਬ ਦੇ ਮਤਲਬ ਅੱਜ ਆਰਟੀਕਲ ਆਇਆ ਸੀਗਾ ਨਿਊਜ਼ਪੇਪਰ ਦੇ ਵਿੱਚ ਉਹਨਾਂ ਦੱਸਿਆ ਵੀ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਨੇਗੇ ਉਹਨਾਂ ਨੇ ਇੱਕ ਟ੍ਰਿਬਿਊਨਲ ਨੂੰ ਸੈਟਅਪ ਕਰਨ ਦੀ ਮੰਗ ਕਰੀ ਹੈ ਤਾਂ ਕਿ ਜਿਹੜਾ ਆਪਣੇ ਪੰਜਾਬ ਦੇ ਵਿੱਚ ਪਾਣੀ ਦੀ ਡਿਸਟ੍ਰੀਬਿਊਸ਼ਨ ਹੈ ਉਹ ਪ੍ਰੋਪਰ ਹੋ ਸਕੇ ਤੇ ਜਿਹੜੀਆਂ ਆਪਣੇ ਨੇਬਰਿੰਗ ਸਟੇਟਸ ਨੇਗੇ ਉਹਨਾਂ ਨਾਲ ਪਾਣੀ ਦਾ ਰੋਲਾ ਜਿਹੜਾ ਚੱਲਦਾ ਉਹ ਡਿਸਪਿਊਟ ਸਾਰਾ ਰਿਜ਼ੋਲਵ ਹੋ ਸਕੇ ਸੋ ਇਹ ਸੀ ਆਪਣਾ ਸਾਰਾ ਅੱਜ ਦਾ ਐਨਾਲਿਸਿਸ ਮਿਲਦੇ ਆਪਾਂ ਕੱਲ ਦੀ ਨਿਊਜ਼ ਦੇ ਨਾਲ ਵੀਡੀਓ ਦੀ ਜਿਹੜੀ PDF ਹੈਗੀ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਹੋ ਜੂਗੀ ਜਿਹਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਚੱਕ ਲਓ ਠੀਕ ਹੈ ਮਿਲਦੇ ਆਪਾਂ ਕੱਲ ਨਿਊਜ਼ ਦੇ ਨਾਲ ਧੰਨਵਾਦ